ਜਦੋਂ ਵੀ ਕਿਸੇ ਗੁਰਦੁਆਰਾ ਸਾਹਿਬ ਦੀ ਗੱਲ ਆਉਂਦੀ ਹੈ ਤਾਂ ਇੱਕ ਸਕੂਨ ਦਿਲ ਨੂੰ ਮਿਲਦਾ ਹੈ। ਸਿੱਖਾਂ ਵੱਲੋਂ ਗੁਰੂ ਘਰਾਂ ਵਿੱਚ ਲਗਾਏ ਜਾਂਦੇ ਮੁਫਤ ਲੰਗਰ ਦੂਰ ਦੂਰ ਤੱਕ ਮਸ਼ਹੂਰ ਨੇ, ਪਰ ਸੋਸ਼ਲ ਮੀਡੀਆ ਤੇ ਇਨੀ ਦਿਨੀ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਗ੍ਰੰਥੀ ਸਿੰਘ ਕੁਝ ਨੌਜਵਾਨਾਂ ਨੂੰ ਗੁਰਦੁਆਰਾ ਸਾਹਿਬ ਅੰਦਰ ਆਉਣ ਤੋਂ ਰੋਕ ਰਿਹਾ ਅਤੇ ਕਹਿ ਰਿਹਾ ਕਿ ਜੋ ਪੈਸਿਆਂ ਦਾ ਮੱਥਾ ਟੇਕਣਗੇ ਉਹੀ ਗੁਰਦੁਆਰਾ ਸਾਹਿਬ ਵਿੱਚ ਆਉਣ, ਜਿਨ੍ਹਾਂ ਕੋਲ ਪੈਸੇ ਨਹੀਂ ਹਨ ਉਹ ਅੰਦਰ ਨਾ ਆਉਣ। ਇਹ ਅੱਜ ਕੱਲ੍ਹ ਮਸ਼ੀਨਰੀ ਲਾਣਾ ਨਾ ਜਿਹੜਾ, ਚਲੋ ਵਿੱਚ ਹੋਵੇ ਵੀ ਗੁੱਸਾ ਵੀ ਕਰਦਾ ਨਾ ਵੀ ਜੇ ਕੋਈ ਕਹਿ ਦੇ ਸੱਚੀ ਗੱਲ, ਤੇ ਉਹਨਾਂ ਦਾ ਹੀ ਹਾਲ ਹੈ। ਨੈਟ ਦੇ ਉੱਤੇ ਵੇਖ ਲਾ ਪਰ ਕੀ ਬਣ ਜਾਂਦਾ ਉਹਨਾਂ ਦਾ। ਬਾਬਾ ਜੀ ਇਹਦਾ ਮਤਲਬ ਕੀ ਹੈ ਜੀ? ਮੈਂ ਕਹਿੰਦਾ ਜੀ ਮੱਥਾ ਟੇਕਣਾ ਹੈ, ਪਰ ਬਾਬਾ ਸਾਨੂੰ ਕਹਿੰਦਾ ਬਾਹਰੀ ਟੇਕ ਲਿਆ ਕਰੋ ਜੇ ਪੈਸਾ ਟੇਕਣਾ। ਹਾਂ ਪਹਿਲਾਂ ਤਾਂ ਪਰਸੋਂ ਦੀ ਗੱਲ ਸੀ, ਇੱਥੋਂ ਦੋ ਜਣੇ ਮੱਥਾ ਟੇਕ ਕੇ ਪ੍ਰਸ਼ਾਦ ਲੈ ਲਾ, ਇੱਕ ਨੇ ਉੱਥੇ ਲੈ ਗਿਆ, ਦੂਜਾ ਕਹਿੰਦਾ ਵੀ ਲੈ ਲਾ ਪ੍ਰਸ਼ਾਦ ਘੁੰਮਣ ਚਲ ਜਾਂਦਾ। ਫਿਰ ਅਸੀਂ ਤੈਨੂੰ ਮੱਲੋਂ ਮਿਲ ਜਾਣਗੇ ਪ੍ਰਸ਼ਾਦ ਕੋਈ, ਜਦੋਂ ਤੂੰ ਗੁਰਦੁਆਰੇ ਆਇਆ ਪ੍ਰਸ਼ਾਦ ਲਿਆ ਤੂੰ, ਤੇ ਨਹੀਂ ਤਾਂ ਤੈਨੂੰ ਬਾਜੀ ਤਰਕ ਦਾ ਨਾ ਤੂੰ ਗੁਰਦੁਆਰੇ ਹੈ ਮਾੜਾ ਕੁਛ ਸਾਫੀ ਮੈਂ ਕਹਿੰਦਾ ਮਾਂ ਮੈਂ ਉਠਾ ਲਈ ਆ ਤੂੰ ਵਾ ਨਹੀਂ ਜਾਂ ਤਾਂ ਤਰਕੀ ਨਾ ਬਣਾ ਜਾਂ ਗੁਰੂ ਘਰ ਨਾ ਆਓ ਕੱਲੇ ਪਹੁੰਚੀਏ ਬਸ। ਪੰਤਾਲੀ ਸੌ ਪੰਜ ਹਜ਼ਾਰ ਦਾ ਆਊਗਾ, ਕਿੱਥੋਂ ਕਰਾਂਗੇ ਅਸੀਂ? ਸਾਡੇ ਪਿਓ ਦੀ ਜ਼ਮੀਨ ਲੱਗੇ ਨਾ ਲਾਗੇ ਬੈਠਾ ਕਰੋ ਇੰਨੇ ਪੱਕੇ ਕਿਵੇਂ ਨਹੀਂ ਟੇਕਦਾ ਕੋਈ ਇਕੱਠੇ ਵੀ ਟੇਕਦਾ ਕੋਈ ਕਿਵੇਂ ਟੇਕਦਾ ਸਭ ਕਰਦੇ ਨੂੰ, ਪਰ ਤਰਕ ਕਰਨ ਦੀ ਕੀ ਲੋੜ ਹੈ ਦੱਸੋ ਵੀ ਮੁੰਡੇ ਨਸ਼ਿਆਂ ਦੇ ਲਾਜ ਜਦੋਂ ਤੁਹਾਡੇ ਪਰਕੇ 14 ਵਜੇ ਲੱਗੀ ਜਾਣ ਨਸ਼ਾ ਤੇ ਸਾਨੂੰ ਠੇਕਾ ਲਿਆ ਮੁੰਡਿਆਂ ਦਾ, ਅਸੀਂ ਕੋਈ ਕੁਛ ਲੈਣਾ ਕਿ ਮੁੰਡਿਆਂ ਤੋਂ? ਸਾਨੂੰ ਨਾ ਮੁੰਡਿਆਂ ਦੀ ਲੋੜ ਹੈ ਨਾ ਸਾਨੂੰ ਕੋਈ, ਅਸੀਂ ਪ੍ਰਚਾਰ ਕਰਨਾ ਸਿੱਖੀ ਨਾਲ ਬਾਣੀ ਪੜ੍ਹਨੀ ਹੈ, ਜਿਹੜਾ ਕੋਈ ਸਿੱਧਾ ਹੋ ਗਿਆ ਆਜੂ ਆਜੂ ਨੇ ਉਹਦਾ ਨਾਮ ਬਾਣੀ ਦਾ ਵਿੱਚੋਂ ਤਾਂ ਤੂੰ ਬੋਲਣ ਲੱਗਾ ਇਹਦਾ ਤੈਨੂੰ ਬਾਣੀ ਦਾ ਪਤਾ ਹੋਊ, ਤੂੰ ਮੈਂ ਇਹਨੂੰ ਬਾਣੀ ਤੂੰ ਸਿਖਾਉਣਾ ਬਾਣੀ ਤੂੰ ਮੈਨੂੰ? ਨਹੀਂ ਬਾਬਾ ਜੀ ਗੱਲ ਸੁਣ, ਜਿਹੜੀ ਗੱਲ ਠੀਕ ਹੈ ਉਹ ਤਾਂ ਗੱਲ ਜਿਹੜੀ ਬੱਕਰੀ ਆ ਉਹ ਗੱਲ ਨਹੀਂ ਹੈਗੀ, ਤੁਸੀਂ ਸਿੱਧਾ ਸਪੱਸ਼ਟ ਕਹਿ ਦਿਓ ਵੀ ਜਿਹੜਾ ਮੇਰੇ ਗੁਰਦਾਰ ਹੋਊਗਾ ਭਾਈ ਮੱਥਾ ਟੇਕ, ਹਾਂ ਵੀ ਮੱਥਾ ਟੇਕ ਭਾਈ ਤਾਂ ਇਹ ਗੱਲ ਨਾ ਕਹਿੰਦੇ ਮੈਂ ਲਿਖ ਕੇ ਵੀ ਲਾਉਂਗਾ ਇੱਥੇ, ਹਾਂ ਲਿਖ ਕੇ ਲਾਓ ਜੀ, ਹਾਂ ਵੀ ਜਿਹੜੀ ਉਹਨੇ ਇਸ ਵੀਡੀਓ ਦੇ ਸਹੀ ਹੋਣ ਦੀ ਡੇਲੀ ਪੋਸਟ ਪੁਸ਼ਟੀ ਨਹੀਂ ਕਰਦਾ, ਪਰ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਗ੍ਰੰਥੀ ਸਿੰਘ ਨੌਜਵਾਨਾਂ ਨੂੰ ਕਾਫੀ ਮੰਦਾ ਚੰਗਾ ਬੋਲਦਾ, ਨਾਲ ਹੀ ਉਹਨਾਂ ਨਾਲ ਕਾਫੀ ਬਹਿਸ ਵੀ ਕਰਦਾ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਜੇ ਤੁਹਾਡੇ ਆਇਲਸ ਵਿੱਚ 6 ਈਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ, SDS ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ। ਮਿਲੋ ਸਾਡੀ ਐਕਸਪਰਟ ਪਿਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ, ਜਿਹਨੂੰ 14 ਸਾਲ ਅਤੇ 25,000 ਐਪਲੀਕੇਸ਼ਨਸ ਦਾ ਤਜਰਬਾ ਹੈ।